ਆ ਦੋਸਤੋ ਇੱਕ ਗਜ਼ਲ ਦੇ ਕੁਝ ਸ਼ੇਰ ਹਾਜ਼ਰ ਨੇ ਕਿ ਪੱਤੀ ਚਿੱਠੀ ਜਦ ਵੀ ਆਵੇ ਬਿਨ ਪੜਿਆਂ ਤਰਫਾ ਜਾਂਦੀ ਹੈ ਮਾਂ ਜਾਇਆ ਦੀ ਪੀੜ ਅੰਦਰ ਇਕੱਠੀਆਂ ਕਰ ਸਮਝਾ ਜਾਂਦੀ ਹੈ ਅੱਖ ਫਰਕ ਦੀ ਚਿੱਤ ਖਲਬਲੀ ਉਖੜੇ ਨੀਂਦਰ ਹੋਰ ਬੜਾ ਕੁਝ ਇਸ ਤਰ੍ਹਾਂ ਹੀ ਤਨ ਦੀ ਮਿੱਟੀ ਚਿੰਤਾ ਅੰਦਰੋਂ ਖਾ ਜਾਂਦੀ ਹੈ ਮੇਰਾ ਦੋਸ਼ ਪਤਾ ਨਹੀਂ ਮੈਨੂੰ ਨਾ ਮੈਂ ਪੁੱਛਿਆ ਨਾ ਤੂੰ ਦੱਸਿਆ ਜਦ ਵੀ ਨੀਂਦ ਉਟਕਦੀ ਰਾਤੀ ਚਿੱਤ ਚਿਤਵਣੀ ਲਾ ਜਾਂਦੀ ਹੈ ਮੇਰਾ ਦੋਸ਼ ਪਤਾ ਨਹੀਂ ਮੈਨੂੰ ਨਾ ਮੈਂ ਪੁੱਛਿਆ ਨਾ ਤੂੰ ਦੱਸਿਆ ਜਦ ਵੀ ਨੀਂਦ ਉਟਕਦੀ ਰਾਤੀ ਚਿੱਤ ਚਿਤਵਣੀ ਲਾ ਜਾਂਦੀ ਹੈ ਜਿੰਨੇ ਪੱਥਰ ਵੇਖ ਰਿਹਾ ਹਾਂ ਇਹ ਸਭ ਚੁੱਪ ਦੀ ਝੋਨ ਪਏ ਸੀ ਤੇਰੀ ਸਰਦ ਖਾਮੋਸ਼ੀ ਮੈਨੂੰ ਘੁੰਮਣ ਕੇਰ ਚ ਪਾ ਜਾਂਦੀ ਹੈ ਬੋਲ ਬੋਲ ਕੇ ਕੀ ਸਮਝਾਵਾਂ ਸੁੱਤੀ ਛੱਟ ਦੀ ਪੀੜ ਜਾਗਦੀ ਦਰਦ ਕਹਾਣੀ ਅੱਖੀਆਂ ਥਾਣੀ ਕਿੰਨਾ ਕੁਝ ਸਮਝਾ ਜਾਂਦੀ ਹੈ ਮੇਰੀ ਰੂਹ ਦਾ ਗੂੜਾ ਰਿਸ਼ਤਾ ਸੂਰਜ ਨਾਲ ਦੁਪਹਿਰੀ ਵਰਗਾ ਮੇਰੀ ਰੂਹ ਦਾ ਗੂੜਾ ਰਿਸ਼ਤਾ ਸੂਰਜ ਨਾਲ ਦੁਪਹਿਰੀ ਵਰਗਾ ਸਿਖਰ ਦੁਪਹਿਰੇ ਖਿੜ ਜਾਂਦੀ ਹੈ ਸ਼ਾਮ ਢਲੇ ਮੁਰਝਾ ਜਾਂਦੀ ਹੈ ਤੂੰ ਕੰਡ ਕਰਕੇ ਪਰਤ ਗਿਆ ਏ ਮੁੜ ਕੇ ਹਾਲ ਕਦੇ ਨਾ ਪੁੱਛਿਆ ਦਿਲ ਨੂੰ ਇਹ ਤਰਬਾਸ ਬੜਾ ਹੈ ਯਾ ਤੇਰੀ ਤਾਂ ਆ ਜਾਂਦੀ ਹੈ ਪੱਟੀ ਚਿੱਠੀ ਜਦ ਵੀ ਆਵੇ ਬਿਨ ਪੜਿਆਂ ਤੜਫਾ ਜਾਂਦੀ ਹੈ ਮਾਂ ਜਾਇਆਂ ਦੀ ਪੀੜ ਅੰਦਰਾਂ ਇਕੱਠੀਆਂ ਕਰ ਸਮਝਾ ਜਾਂਦੀ ਹੈ ਤੁਹਾਡਾ ਆਪਣਾ ਵੀਰ ਗੁਰਪ੍ਰਜਨ ਗਿੱਲ ਧੰਨਵਾਦ